ਛੇਵੇਂ ਪਾਤਸ਼ਾਹ ਮਹਾਰਾਜ ਸੇਵਕਾਂ ਦੇ ਕਿੰਨਾ ਨੇੜੇ ਹੈ ਤੇ ਕਿੰਨੀ ਛੇਤੀ ਬਹੁੜਦਾ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ 125 ਵਰੇ ਦੀ ਉਮਰ ਬਤੀਤ ਹੋ ਗਈ ਆ, ਅੰਤ ਸਮਾਂ ਆਇਆ। ਜਿੰਦ ਕਦੇ ਸਹਿਕਦੀ ਹੈ, ਕਦੇ ਟਹਿਕਦੀ ਹੈ, ਕਦੇ ਸਾਹ ਆਉਂਦਾ ਕਦੇ ਰੁਕਦਾ, ਕਦੇ ਅੱਖ ਮਿਟਦੀ ਹੈ ਕਦੇ ਖੁੱਲਦੀ ਹੈ। ਮੌਤ ਲਾੜਾ ਸਾਹਮਣੇ ਖਲੋਤਾ, ਜ਼ਿੰਦਗੀ ਦਾ ਭੇਤ ਮੁੱਕਦਾ ਜਾਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਕਿ ਜਾਂਦੀ ਜਿੰਦ ਤੇ ਜਾਂਦੀ ਧੀ ਦੇ ਬਾਬਲ ਸਿਰ ਤੇ ਹੱਥ ਰੱਖਦੇ ਇੱਜ਼ਤ ਬਣਦੇ। ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ, ਜਿੰਦ ਸਹਿਕਦੀ ਕਦੇ ਟਹਿਕਦੀ, ਜਿੰਦ ਆ ਰੁਕੇ ਰੱਗ ਸਾਹ ਤੇ ਤੇਰੇ ਨੀਲੇ, ਤੇਰੇ ਨੀਲੇ ਜਿੱਥੋਂ ਲੰਘਣਾ ਦਿਆ ਬੋਕਰਾ ਉਸ ਰਾਹ ਤੇ ਅਸਾਂ ਅਸਾਂ ਚਰਨ ਤੇਰੇ ਧੋਣ ਲਈ। ਬਾਬਾ ਬੁੱਢਾ ਸਾਹਿਬ ਜੀ ਕੀ ਬੇਨਤੀਆਂ ਕਰ ਰਹੇ, ਵਾਹਿਗੁਰੂ ਜੀ, ਅਸੀਂ ਚਰਨ ਤੇਰੇ ਧੋਣ ਲਈ ਨੈਣਾ ਨੈਣਾ ਵਿੱਚ ਰੱਖਿਆ ਨੀਰ ਹੈ, ਸਾਨੂੰ ਬਖਸ਼ੀ ਬਖਸ਼ਣ ਹਾਰਿਆ ਜੇ ਹੋਈ ਕੋਈ ਤਕਸੀਰ ਹੈ। ਵਾਹਿਗੁਰੂ ਜੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ 125 ਵਰੇ ਮਨੁੱਖਾ ਦੇਹ ਵਿੱਚ ਗੁਜ਼ਾਰੇ ਤੇ 113 ਵਰੇ ਗੁਰੂ ਘਰ ਦੀ ਸੇਵਾ ਕੀਤੀ ਤੇ ਬੇਨਤੀ ਅੰਤ ਵੇਲੇ ਕਰ ਰਹੇ ਵੀ ਜੇ ਜ਼ਿੰਦਗੀ 'ਚ ਕੋਈ ਭੁੱਲ ਹੋ ਗਈ ਤੇ ਮਹਾਰਾਜ ਮੈਨੂੰ ਮਾਫ਼ ਕਰ ਦਿਓ। ਅਸੀਂ ਦਿਹਾੜੀ 'ਚ 35 ਗਲਤੀਆਂ ਕਰਕੇ ਇੱਕ ਅਰਦਾਸ ਨਹੀਂ ਕਰਦੇ ਹੋਣੇ। ਬਾਬਾ ਬੁੱਢਾ ਸਾਹਿਬ ਜਿਨ੍ਹਾਂ 6 ਗੁਰੂਆਂ ਦੇ ਦਰਸ਼ਨ ਕੀਤੇ ਤੇ 5 ਗੁਰੂਆਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ, ਪਰ ਉਹਨਾਂ ਆਪ ਗੁਰੂ ਬਣਨ ਦੀ ਮਨ ਦੇ ਵਿੱਚ ਇੱਛਾ ਹੀ ਨਹੀਂ ਰੱਖੀ। ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਕਿੰਨਾ ਸਤਿਕਾਰ ਸੀ, ਜਦੋਂ ਸੰਪੂਰਨ ਭੀੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਧ ਚੁੱਕੀ ਸੀ ਨਾ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਸਿੱਖੋ ਕੋਈ ਪਵਿੱਤਰ ਸੀਸ ਲੈ ਕੇ ਆਓ, ਇਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਚ ਕਰਨਾ। ਮਹਾਰਾਜ ਤੁਹਾਡਾ ਸੀਸ ਬਹੁਤ ਪਵਿੱਤਰ ਆ। ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸਿੱਖੋ ਸਾਡਾ ਓਨਾ ਸੀਸ ਪਵਿੱਤਰ ਨਹੀਂ ਜਿੰਨੀ ਇਹ ਬਾਣੀ ਪਵਿੱਤਰ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਮਹਾਰਾਜ ਤੁਹਾਡਾ ਸੀਸ ਬਹੁਤ ਪਵਿੱਤਰ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇ ਅੱਧ ਵਿੱਚ ਕਹਿਣ ਲੱਗੇ, ਬਾਬਾ ਜੀ ਸਾਡੇ ਸੀਸ ਨਾਲੋਂ ਤੁਹਾਡਾ ਸੀਸ ਜ਼ਿਆਦਾ ਪਵਿੱਤਰ ਹੈ, ਕਿਉਂਕਿ ਤੁਹਾਡਾ ਸੀਸ 4 ਗੁਰੂਆਂ ਦੇ ਚਰਨਾਂ ਨੂੰ ਲੱਗ ਚੁੱਕਾ, ਇਸ ਕਰਕੇ ਸਾਡੇ ਸੀਸ ਨਾਲੋਂ ਤੁਹਾਡਾ ਸੀਸ ਜ਼ਿਆਦਾ ਪਵਿੱਤਰ ਹੈ। ਤੇ ਸੇਵਾ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ। ਗੁਰੂ ਅਰਜਨ ਸਾਹਿਬ ਮਹਾਰਾਜ ਆਪ ਚੌਰ ਸਾਹਿਬ ਕਰਦੇ ਗਏ, ਸਾਰੀ ਰਾਤ ਸੋਚਦੇ ਰਹੇ ਕਿ ਇਸ ਮਹਾਨ ਪਵਿੱਤਰ ਗ੍ਰੰਥ ਦਾ ਸਵੇਰੇ ਗ੍ਰੰਥੀ ਕਿਹਨੂੰ ਥਾਪਣਾ। ਤੇ ਸਾਰੀ ਰਾਤ ਸੋਚਣ ਤੋਂ ਬਾਅਦ ਧੰਨ ਗੁਰੂ ਅਰਜਨ ਸਾਹਿਬ ਦੀ ਸੋਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਗਈ। ਜਦੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ, ਉਸ ਵੇਲੇ ਹੁਕਮਨਾਮਾ ਇਹ ਆਇਆ ਸੀ ਸ੍ਰੀ ਹਰਿਮੰਦਰ ਸਾਹਿਬ ਵਿੱਚ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਜੀ ਜਿੱਥੇ ਸ਼ਾਮ ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਨਾ ਨਾ, ਉਹ ਜਗ੍ਹਾ ਵੀ ਤੁਸੀਂ ਨਿਯੁਕਤ ਕਰਨੀ। ਇਹ ਡਿਊਟੀ ਵੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਲਾਈ ਗਈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਸ ਪਲੰਘੇ ਤੇ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਆਰਾਮ ਕਰਿਆ ਕਰਦੇ ਸੀ ਨਾ, ਉਹਦੇ ਲਾਗੇ ਇੱਕ ਹੋਰ ਗੁਰੂ ਗ੍ਰੰਥ ਸਾਹਿਬ ਵਾਸਤੇ ਪਲੰਘਾ ਡਾਹਤਾ। ਤੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਮੌਕਾ ਵੇਖਣ ਗਏ ਤੇ ਕਹਿਣ ਲੱਗੇ, ਬਾਬਾ ਜੀ ਆ ਸਾਡੇ ਵਾਲਾ ਪਲੰਘਾ ਚੁੱਕ ਦਿਓ, ਮਹਾਰਾਜ ਤੁਸੀਂ ਕਿੱਥੇ ਆਰਾਮ ਕਰੋਗੇ। ਸਤਿਗੁਰੂ ਕਹਿਣ ਲੱਗੇ, ਅਸੀਂ ਭੁੰਜੇ ਧਰਤੀ ਤੇ ਆਰਾਮ ਕਰਾਂਗੇ।
ਸਾਡੇ ਗੁਰੂ ਸਾਹਿਬਾਨ ਗੁਰਬਾਣੀ ਦਾ ਕਿੰਨਾ ਅਦਬ ਕਰਿਆ ਕਰਦੇ, ਕਿੰਨਾ ਭਾਉ ਕਰਿਆ ਕਰਦੇ। ਇਤਿਹਾਸ ਪ੍ਰੇਰਨਾ ਸਰੋਤ ਹੁੰਦੇ ਆ। ਅੱਜ ਕੰਮ ਉਲਟ ਹੋ ਗਿਆ। ਮੈਂ ਵੇਖਿਆ ਵਿਆਹਾਂ ਸ਼ਾਦੀਆਂ ਚ ਗੁਰਮੁਖੀਆਂ ਸਿੱਖ ਤੇ ਬੈਂਚ ਪਲੰਘਾ ਡਾ ਲੈਂਦੇ ਆ, ਜਿਹੜੇ ਬਹੁਤੇ ਆ ਜਿਹਨਾਂ ਇੱਕ ਟਾਈਮ ਪਾਸ ਹੀ ਕਰਨਾ ਵੀ ਚਲੋ ਅਨਪੜ੍ਹ ਲਿਖਾਉਣਾ ਇਹ ਸਾਡੀ ਮਜਬੂਰੀ ਆ, ਲੋਕ ਕੀ ਆਖਣਗੇ। ਉਹ ਥੱਲੇ ਹੀ ਕਰ ਦਿੰਦੇ ਆ ਤੇ ਨਾ ਹੀ ਕੋਈ ਨੀ, ਪਰ ਆਪ ਨਾ ਮੰਜਿਆਂ ਤੇ ਚੜ੍ਹ ਕੇ ਸੋਣ। ਮਹਾਰਾਜ ਦਾ ਪ੍ਰਕਾਸ਼ ਵਿਜੇ ਕਰਨ ਤੇ ਆਪ ਬੈਡਾਂ ਲੇਟਣ ਦੇ, ਸਤਿਗੁਰੂ ਕਿਰਪਾ ਕਰੇ ਉਲਟ ਕੰਮ ਹੋ ਗਿਆ। ਇੱਕ ਹੋਰ ਜਿਹੜੀ ਸਾਨੂੰ ਬਿਮਾਰੀ ਇਹ ਤੋਂ ਬਚਾਵੇ ਗੁਰੂ ਅਰਜਨ ਸਾਹਿਬ, ਜਿਹੜੇ ਅਸੀਂ ਇੱਥੇ ਤੇ ਤੁਹਾਡੇ ਗੁਰੂ ਦੀ ਕਿਰਪਾ ਛੇਵੇਂ ਪਾਤਸ਼ਾਹ ਦੀ ਬੜੀ ਮਿਹਰ ਹੈ, ਨਹੀਂ ਤੇ ਮੈਂ ਵੇਖਿਆ ਹੁਣ ਬਹੁਤੇ ਖੁਸ਼ੀਆਂ ਡਾ ਕੇ ਮਹਾਰਾਜ ਦੇ ਸਾਹਮਣੇ ਬਹਿਣ ਲੱਗ ਪਏ। ਛੋਟੀ ਜੀ ਘਟਨਾ ਇੱਕ ਗੁਰੂ ਅੰਗਦ ਸਾਹਿਬ ਵੇਲੇ ਦੀ ਹੈ। ਤੁਸੀਂ ਕਦੇ ਭੁੱਲ ਕੇ ਵੀ ਖੁਰਸੀ ਤੇ ਨਹੀਂ ਬਹੋਗੇ। ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਬਿਆਸ ਦਰਿਆ ਪਾਰ ਕਰਕੇ ਮਾਲਵੇ ਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸੁਲਤਾਨਪੁਰ ਤੋਂ ਹੁੰਦੇ ਹੋਏ ਸਤਿਗੁਰੂ ਹਰੀ ਕੇ ਨਗਰ ਆਏ ਤੇ ਹਰੀ ਕੇ ਨਗਰ ਦੀਆਂ ਸੰਗਤਾਂ ਮਨ ਨੂੰ ਉਡੀਕ ਰਹੀਆਂ ਸਨ। ਮਹਾਰਾਜ ਵਾਸਤੇ ਸੁੰਦਰ ਪਲੰਘਾ ਡਾਇਆ ਸੀ। ਸਤਿਗੁਰ ਸੱਚੇ ਪਾਤਸ਼ਾਹ ਆ ਕੇ ਪਲੰਘੇ ਤੇ ਸੱਜ ਗਏ। ਹਰੀ ਕੇ ਨਗਰ ਦਾ ਹੀ ਚੌਧਰੀ ਬਖਤਾਵਰ ਹੋਇਆ, ਬੜਾ ਵੱਡਾ ਧਨਾੜ ਤੇ ਬੜਾ ਵੱਡਾ ਹੰਕਾਰੀ, ਉਹਨੂੰ ਪਤਾ ਲੱਗਾ ਤੇ ਉਹ ਵੀ ਆ ਗਿਆ। ਉਹਨੇ ਆ ਕੇ ਮਹਾਰਾਜ ਨੂੰ ਮੱਥਾ ਹੀ ਨਹੀਂ ਟੇਕਿਆ ਤੇ ਸਤਿਗੁਰਾਂ ਦੇ ਸਰਾਣੇ ਵਾਲੇ ਬੰਨੇ ਚੜ੍ਹ ਕੇ ਬਹਿ ਗਿਆ। ਸਰਾਣੇ ਵਾਲੇ ਬੰਨੇ ਸੰਗਤਾਂ ਨੇ ਬੜਾ ਬੁਰਾ ਮਨਾਇਆ। ਜਦੋਂ ਕਿਸੇ ਨੇ ਕਵਾਇਆ ਇਹਨਾਂ ਤੇ ਚੌਧਰੀ ਉੱਠ ਕੇ ਚਲਾ ਗਿਆ। ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਕਿੱਡਾ ਮੂਰਖ ਬੰਦਾ, ਲਾਗੇ ਮੂੜਾ ਡਿੱਠਾ ਵੀ ਜੇ ਤੂੰ ਚੌਧਰੀਆਂ ਦੇ ਮੂੜੇ ਤੇ ਬਹਿ ਜਾ। ਮਹਾਰਾਜ ਤੁਹਾਡੀ ਇਹਨੇ ਜਰਾ ਜਿੰਨੀ ਪਰਵਾਹ ਨਹੀਂ ਕੀਤੀ, ਤੁਹਾਡੇ ਪਲੰਘੇ ਤੇ ਸਰਾਣੇ ਵਾਲੇ ਬੰਨੇ ਚੜ੍ਹ ਕੇ ਬਹਿ ਗਿਆ ਤੇ ਸੁਭਾਵਿਕ ਬਚਨ ਦੂਸਰੇ ਪਾਤਸ਼ਾਹ ਦੇ ਮਖਾਰ ਬਿੰਦ ਵਿੱਚੋਂ ਨਿਕਲੇ। ਪਲੰਘ ਪੰਘੂੜਾ ਕਛੂ ਨਾ ਰਹੋ, ਅਬ ਤੇ ਇਨਕੋ ਸਭ ਕੁਛ ਦੇਹੋ, ਕਰਨ ਵਿਅਬਦੀ ਬੜਿਓਨ ਕੇਰੀ, ਨਾ ਸੇਤ ਕਰ ਬੜਿਓ ਬਡੇਰੀ, ਬੜਿਓਨ ਸੋ ਠਾਨੇ ਸਨਮਾਨਾ, ਸੋ ਜਾਨੋ ਉਹ ਹੋਏ ਮਹਾਨ ਹੋਏ ਮਹਾਨਾ। ਮਹਾਰਾਜ ਕਹਿੰਦੇ ਪਲੰਘ ਪੰਘੂੜਾ ਕਛੂ ਨਾ ਰਹੋ, ਨਾ ਇਹਦੇ ਹੁਣ ਸਿੱਖੋ ਪਲੰਘ ਰਹਿਣਗੇ ਤੇ ਨਾ ਇਹਦੇ ਪੰਘੂੜੇ ਰਹਿਣਗੇ। ਸੱਚ ਹੈ ਅਬ ਤੇ ਇਨਕੋ ਸਭ ਕੁਛ ਦੇਹੋ, ਦੇਹੋ ਕਿਆ ਕਿਆ ਅੱਗ ਨੂੰ, ਅੱਜ ਤੋਂ ਬਾਅਦ ਸਭ ਕੁਛ ਅੱਗ ਵੀ ਸੜ ਗਿਆ। ਕਰਨ ਵਿਅਬਦੀ ਵੱਡਿਆਂ ਨੇ ਕਹਿਣੀ, ਜਿਹੜੇ ਆਪਣੇ ਵੱਡਿਆਂ ਦੀ ਵਿਅਬਦੀ ਕਰਨਗੇ, ਆਪਣੇ ਵੱਡਿਆਂ ਦਾ ਅਪਮਾਨ ਕਰਨਗੇ। ਮੈਂ ਵੇਖਿਆ ਛੋਟੇ ਹੁੰਦੇ ਸੀ ਵੇਹਦੇ ਰਹੇ ਆ, ਇੱਕ ਤੇ ਚਾਰ ਬਜ਼ੁਰਗ ਥੜਕ ਤੇ ਬੈਠੇ ਹੁੰਦੇ ਸੀ ਨਾ, ਕਿਸੇ ਨੇ ਘੋੜੀ ਤੇ ਚੜ੍ਹ ਕੇ ਆਉਣਾ ਤੇ ਉਹਨੇ ਬਜ਼ੁਰਗਾਂ ਨੂੰ ਵੇਖ ਕੇ ਘੋੜੀ ਤੋਂ ਥੱਲੇ ਉੱਤਰ ਜਾਣਾ ਕਿ ਸਾਹਮਣੇ ਸਾਡੇ ਬਜ਼ੁਰਗ ਬੈਠੇ ਆ, ਇਹਨਾਂ ਦੇ ਸਾਹਮਣੇ ਘੋੜੀ ਤੇ ਚੜ੍ਹ ਕੇ ਨਹੀਂ ਲੰਘਣ। ਹੁਣ ਮੋਟਰਸਾਈਕਲ ਦਾ ਘੱਟਾ ਪਾ ਕੇ ਲੰਘਦੇ, ਗੁਰੂ ਕਿਰਪਾ ਕਰੇ ਰਾਤਾਂ ਜਾਣੀਆਂ, ਬਜ਼ੁਰਗ ਅੱਗੇ ਹੋਣੇ, ਨੌਜਵਾਨ ਬੱਚੇ ਪਿੱਛੇ ਹੋਣੇ। ਹੁਣ ਬਜ਼ੁਰਗ ਪਿੱਛੇ ਹੁੰਦੇ ਤੇ ਨੌਜਵਾਨ ਬੱਚੇ ਅੱਗੇ ਹੁੰਦੇ। ਵੱਡਾ ਗੱਲ ਕਰਿਆ ਕਰਦਾ ਸੀ, ਛੋਟਾ ਉਹਦੀ ਗੱਲ ਨੂੰ ਕਦੇ ਵੀ ਕੱਢਿਆ ਨਹੀਂ ਸੀ ਕਰਦਾ ਵੀ ਇਹ ਸਾਡੇ ਬਜ਼ੁਰਗਾਂ ਦੇ ਬੋਲ ਆ, ਇਹਨਾਂ ਦੀ ਕਦਰ ਕਰਨ ਲਈ। ਹੁਣ ਆਉਂਦੇ ਉਹ ਬੁੱਢਿਆਂ ਤੈਨੂੰ ਕੀ ਪਤਾ, ਹੁਣ ਪੜ੍ਹਾਈ ਲਿਖਾਈ ਦਾ ਜ਼ਮਾਨਾ ਆ ਗਿਆ, ਪਰ ਪਤਾ ਨਹੀਂ ਜਿਹੜੇ ਬਜ਼ੁਰਗਾਂ ਨੇ ਇੰਨੀ ਹਾਰਡ ਵੇਟ ਪਰ ਮਿਹਨਤ ਕਰਕੇ ਮਾੜਾ ਪਾ ਕੇ ਥੋੜਾ ਖਾ ਕੇ ਸਾਡੀਆਂ ਫੀਸਾਂ ਭਰ ਕੇ ਸਾਨੂੰ ਐਡੇ ਗ੍ਰੈਜੂਏਟ ਪੜਾਇਆ, ਅੱਜ ਅਸੀਂ ਆਪਣੇ ਆਪ ਨੂੰ ਅਕਲਮੰਦ ਖੋਣ ਲੱਗ ਪਏ। ਨਹੀਂ
ਮਹਾਰਾਜ ਕਹਿੰਦੇ ਸੱਜੇ ਪਾਤਸ਼ਾਹ ਕਰਮ ਦੇਵਦੀ ਵੱਡਿਆਂ ਨਕੇਰੀ ਨਾਸ ਨਾਸ ਦੇਤ ਕਰ ਵੱਡਿਓ ਵਡੇਰੀ ਵੱਡਿਆਂ ਵੱਡਿਓ ਸੋਠਾ ਨੇ ਸਨਮਾਨ ਜਿਹੜੇ ਵੱਡਿਆਂ ਦਾ ਸਨਮਾਨ ਕਰਨਗੇ ਵੱਡਿਆਂ ਦੀ ਇੱਜ਼ਤ ਕਰਨਗੇ ਉਹਨਾਂ ਦਾ ਦੁਨੀਆਂ ਵਿੱਚ ਸਤਿਕਾਰ ਹੋਏਗਾ ਸੋ ਜਾਣੋ ਉਹ ਹੋਏ ਮਹਾਨਾ ਉਹ ਦੁਨੀਆਂ ਵਿੱਚ ਮਹਾਨ ਹੋਣਗੇ ਤੋ ਕੁਝ ਦਿਨਾਂ ਬਾਅਦ ਹੀ ਉਹ ਗੁਰੂ ਮਹਾਰਾਜ ਦੇ ਬੋਲ ਸੰਪੂਰਨ ਹੋਏ ਉਹ ਬਖਤਾਵਰ ਚੌਧਰੀ ਕੰਗਾਲ ਹੋ ਗਿਆ ਕੁਛ ਨਾ ਖਾਣ ਨੂੰ ਰਹਿ ਗਿਆ ਤੇ ਦੂਸਰੇ ਪਾਤਸ਼ਾਹ ਦੇ ਚਰਨ ਫੜ ਕੇ ਤੇ ਆਪਣੇ ਅਪਰਾਧੀ ਉਹਨੇ ਮਾਫੀ ਮੰਗੀ ਵਾਹਿਗੁਰੂ ਤੋ ਗੁਰੂ ਕਿਰਪਾ ਕਰੇ ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਕਿੰਨਾ ਅਦਬ ਤੇ ਕਿੰਨਾ ਸਤਿਕਾਰ ਕਰਨਾ ਚਾਹੀਦਾ ਅੱਜ ਵੀ ਤੁਸੀਂ ਕੋਠਾ ਸਾਹਿਬ ਜਾਓ ਜਿੱਥੋਂ ਗੁਰੂ ਮਹਾਰਾਜ ਦਾ ਸਰੂਪ ਸਵੇਰੇ ਹਰਿਮੰਦਰ ਸਾਹਿਬ ਨੂੰ ਜਾਂਦਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਂ ਦੀ ਚਿੱਟੀ ਚਾਦਰ ਪਣਗੇ ਦੇ ਥੱਲੇ ਅੱਜ ਵੀ ਵਿਛਾਈ ਜਾਂਦੀ ਹੈ ਤੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਅੱਖਾਂ ਖੋਲੀਆਂ ਤੇ ਛੇਵੇਂ ਪਾਤਸ਼ਾਹ ਦਰਵਾਜ਼ੇ ਤੇ ਖਲੋਤੇ ਆ ਗੁਰੂ ਦੇ ਦਰਸ਼ਨ ਕੀਤੇ ਜਿਸ ਤਰ੍ਹਾਂ ਰੋਗ ਖੰਭ ਲਾ ਕੇ ਉੱਡ ਜਾਂਦੇ ਆ ਨਾ ਜਿਸ ਤਰ੍ਹਾਂ ਐਵੇਂ ਲੱਗਾ ਵੀ ਫੇਰ ਦੇਹੀ ਤੰਦਰੁਸਤ ਚੰਦਰ ਵਰਗੀ ਹੋ ਗਈ ਆ ਗੁਰੂ ਦੇ ਚਰਨ ਛੂਏ ਮਹਾਰਾਜ ਜੀ ਨੇ ਆਪਣੇ ਗਲ ਦੇ ਨਾਲ ਲਾਇਆ ਬਾਬਾ ਬੁੱਢਾ ਸਾਹਿਬ ਜੀ ਨੇ ਛੁੱਟੀ ਮੰਗੀ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ ਤੁਹਾਡੇ ਗੋਚਰਾ ਸਾਨੂੰ ਇੱਕ ਕੰਮ ਹੈ ਛੋਟੀ ਉਮਰ ਦੇ ਵਿੱਚ ਪਿਤਾ ਤੁਰ ਗਏ ਫਿਰ ਗਵਾਲੀਅਰ ਦੀ ਜੇਲ੍ਹ ਵਿੱਚ ਜਾਣਾ ਪੈ ਗਿਆ ਫਿਰ ਜੰਗਾ ਯੁੱਧਾਂ ਗਲ ਪੈ ਗਈਆਂ ਅਸੀਂ ਵੱਡਿਆਂ ਗੁਰੂਆਂ ਦਾ ਇਤਿਹਾਸ ਨਹੀਂ ਸੁਣਿਆ ਜਿੰਨਾ ਚਿਰ ਤੁਸੀਂ ਵੱਡੇ ਗੁਰੂਆਂ ਦਾ ਇਤਿਹਾਸ ਨਹੀਂ ਸੁਣਾਓਗੇ ਉਹਨਾਂ ਚਿਰ ਤੱਕ ਛੁੱਟੀ ਨਹੀਂ ਮਿਲੇਗੀ ਸਿੱਖੋ ਬ੍ਰਹਮ ਗਿਆਨੀਆਂ ਦੀ ਆਪਣੀ ਬਾਤ ਹੁੰਦੀ ਹੈ ਇਤਿਹਾਸਕਾਰ ਲਿਖਦੇ ਵੀ ਚੌਂਕੜਾ ਲਾ ਲਿਆ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਬਾਬਾ ਬੁੱਢਾ ਸਾਹਿਬ ਤਿੰਨ ਦਿਨ ਇਤਿਹਾਸ ਸੁਣਾਉਂਦੇ ਰਹੇ ਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਧਿਆਨ ਲਾ ਕੇ ਸੁਣਦੇ ਰਹੇ ਅੰਤ ਸਮਾਂ ਆਇਆ ਜਪਜੀ ਸਾਹਿਬ ਦਾ ਪਾਠ ਪੜਿਆ ਸਲੋਕ ਪੜਿਆ ਗਿਆ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਵਜੂਦ ਦੇ ਵਿੱਚੋਂ ਜਿੰਦ ਇਸ ਤਰ੍ਹਾਂ ਨਿਕਲੀ ਜਿਤਨਾ ਭੌਰਾ ਇੱਕ ਫੁੱਲ ਤੋਂ ਉੱਡ ਕੇ ਤੇ ਦੂਜੇ ਤੇ ਬਹਿ ਜਾਂਦਾ ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਜੋਤੀ ਸੰਗ ਜੋ ਸਮਾਨਾ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸੰਸਕਾਰ ਦੀ ਤਿਆਰੀ ਹੋ ਰਹੀ ਆ ਛੇਵੇਂ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਹੁਕਮ ਦੇ ਰਹੇ ਆ ਕਿਸ ਤਰ੍ਹਾਂ ਤਿਆਰੀਆਂ ਹੋ ਰਹੀਆਂ ਬਾਬਾ ਬੁੱਢਾ ਸਾਹਿਬ ਜੀ ਦਾ ਉਹ ਫੁੱਲਾਂ ਦੇ ਨਾਲ ਰਸਤਾ ਕਿਸ ਤਰ੍ਹਾਂ ਸਜਾਇਆ ਗਿਆ ਇਤਿਹਾਸਕ ਗੱਲ ਚੇਤੇ ਆ ਗਈ ਬਾਬਾ ਬੁੱਢਾ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਇਆ ਕਰਦੇ ਸਨ ਤੇ ਬਾਬਾ ਜੀ ਦਾ ਵਜੂਦ ਕੁਝ ਭਾਰਾ ਸੀ ਬਿਰਧ ਅਵਸਥਾ ਸੀ ਛੇਵੇਂ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਨੂੰ ਤੁਰਿਆ ਆਉਂਦਿਆਂ ਵੇਖ ਕੇ ਸਿੱਖਾਂ ਨੂੰ ਹੁਕਮ ਲਾਤਾ ਵੀ ਇਹ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਇਹਨਾਂ ਬੜੀ ਸਿੱਖੀ ਕਮਾਈ ਹੈ ਇਹਨਾਂ ਨੂੰ ਬੜੇ ਅਦਬ ਦੇ ਨਾਲ ਜਦੋਂ ਵੀ ਇਹ ਦਰਸ਼ਨ ਕਰਨ ਆਉਣ ਇਹਨਾਂ ਨੂੰ ਪਾਲਕੀ ਵਿੱਚ ਬਿਠਾ ਕੇ ਲਿਆਂਦਾ ਜਾਵੇ ਸਿੱਖਾਂ ਨੇ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਰਧ ਅਵਸਥਾ ਵਿੱਚ ਫਿਰ ਪਾਲਕੀ 'ਚ ਬਿਠਾ ਕੇ ਲਿਆਉਣ ਲੱਗ ਪਏ ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਦੀ ਪਾਲਕੀ ਆ ਰਹੀ ਸੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਉਸ ਪਾਲਕੀ ਨੂੰ ਜਾ ਕੇ ਆ ਮੋਢਾ ਦੇ ਲਿਆ ਕਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਮੇਰੀ ਜਗ੍ਹਾ ਤੁਹਾਡੇ ਮੋਢਿਆਂ ਤੇ ਨਹੀਂ ਮੇਰੀ ਜਗ੍ਹਾ ਤੇ ਤੁਹਾਡੇ ਚਰਨਾਂ ਵਿੱਚ ਆ ਮਹਾਰਾਜ ਮੋਢਾ ਪਰਾਂ ਢਾਲੋ ਨਹੀਂ ਤੇ ਮੈਂ ਪਾਲਕੀ ਵਿੱਚੋਂ ਛਾਲ ਮਾਰ ਜਾਣੀ ਜੀ
ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਬਾਬਾ ਜੀ ਕੀ ਗੱਲ, ਅਸੀਂ ਨੀ ਤੁਹਾਡੀ ਸੇਵਾ ਕਰ ਸਕਦੇ? ਪ੍ਰੀਤਮਾ, ਇੱਕ ਦਿਨ ਸਮਾਂ ਆਏਗਾ, ਤੂੰ ਮੋਢਾ ਦੇ ਲਈ, ਮੈਂ ਮੁੜ ਕੇ ਬੋਲੂਗਾ ਨੀ। ਉਹ ਅੱਜ ਸਮਾਂ ਆਇਆ, ਬਾਬਾ ਬੁੱਢਾ ਸਾਹਿਬ ਜੀ ਦਾ ਬਵਾਨ ਕਿਸ ਤਰ੍ਹਾਂ ਜਾ ਰਿਹਾ, ਇੱਕ ਪਾਸੇ ਗੁਰੂ ਹਰਗੋਬਿੰਦ ਪਾਤਸ਼ਾਹ, ਭਾਈ ਅਜਿਤਾ ਜੀ, ਭਾਈ ਭਾਨਾ ਜੀ, ਭਾਈ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਚਿਖਾ ਚੁਣੀ ਜਾ ਰਹੀ ਆ। ਤੇ ਜਦੋਂ ਉਹਨਾਂ ਦਾ ਸਰੀਰ ਚਿਖਾ ਉੱਤੇ ਰੱਖਿਆ, ਇਤਿਹਾਸ ਦਾ ਲਿਖਦੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨੈਣਾਂ ਵਿੱਚੋਂ ਵਾਹਿਗੁਰੂ ਪਿਆਰ ਦੇ ਹੰਝੂ ਵਹਿ ਤੁਰੇ। ਸੇਵਕ ਕੀ ਓੜ ਕਿ ਨਿਭੀ ਪ੍ਰੀਤ, ਜੀਵਤ ਸਹਿਬ ਜੀਵਤ ਸਹਿਬ ਸੇਵਿਓ ਆਪਣਾ, ਚਲਤੇ ਚਲਤੇ ਰਾਖਿਓ ਜੀਤ। ਸਿੱਖ ਦਾ ਜੀਵਨ ਇੰਨਾ ਉੱਚਾ ਸੁੱਚਾ ਹੋਣਾ ਚਾਹੀਦਾ, ਤੇ ਫਿਰ ਗੁਰੂ ਅੰਤ ਸਮੇਂ ਤੇ ਕਿਤਰਾ ਦੌੜਦੇ ਆ, ਗੁਰੂ ਕਿਰਪਾ ਕਰੇ।